फैसल चल रहा हूँ। आया यार 200 की उस्ताद जी दमाना आ गया 40,000 रुपया मंगन दे कबर कुशाई दा की दी ताड़ी उस्ताद जी ओ गा तो उस्ताद जी पर बच दे लदर नहीं आ रहे ओ मेनू चुक पई आ उस्ताद जी चुक बड़ी जालिम शै वे किसी जोगा नहीं जड़ दी ਤਾਂ ਜੀ ਮੇਰੇ ਅੱਬਾ ਜੀ ਨੂੰ ਚੁੱਕ ਪਈ ਸੀ ਪਹਿਲਾਂ ਤਾਂ ਜੀ ਮੇਰੇ ਅੱਬਾ ਜੀ ਨੂੰ ਚੁੱਕ ਪਈ ਸੀ ਉਹਨਾਂ ਨੇ ਪਹਿਲੇ ਲੱਤ ਵੱਢੀ ਫਿਰ ਪੈਰ ਵੱਢਿਆ ਤਾਂ ਜੀ ਮੈਨੂੰ ਬਚਦੇ ਤੁਸੀਂ ਨਜ਼ਰ ਨਹੀਂ ਆ ਰਹੇ ਉਹ ਚੁੱਕ 'ਚ ਕਿਹੜਾ ਪੈਰ ਵੱਢਦੇ ਆ ਉਸਤਾਦ ਜੀ ਡਾਕਟਰਾਂ ਦਾ ਕੀ ਪਤਾ ਜਿਹਨੂੰ ਵਰਦੀ ਚੁੱਕ ਪਾ ਦੇਣ ਉਸਤਾਦ ਜੀ ਪਹਿਲੇ ਮੈਨੂੰ ਆਹ ਦੱਸੋ ਤੁਹਾਨੂੰ ਐਡਾ ਜਜ਼ਬਾਤੀ ਹੋਣ ਦੀ ਕੀ ਲੋੜ ਸੀ ਉਹ 70-75 ਸਾਲ ਦੇ ਹੋ ਗਏ ਤੁਸੀਂ ਟੱਪ ਟੱਪ ਕੇ ਪ੍ਰੋਗਰਾਮ ਕਰਦੇ ਹੋ ਤੁਸੀਂ ਇੱਕ ਤਾਂ ਕਰ ਲਿਆ ਕਰੋ ਹਫ਼ਤੇ ਦਾ ਉਸਤਾਦ ਜੀ ਤੁਸੀਂ ਵੀ ਕੀ ਲਾਹਾ ਹੀ ਕੱਢਿਆ ਹੋਇਆ 40,000 ਰੁਪਇਆ ਕਬਰ ਕੁਸ਼ਾਈ ਦਾ ਮੰਗਣ ਡੇ ਉਸਤਾਦ ਜੀ ਕਿੰਨੇ ਦੇਣਾ ਮੈਂ ਤੇ ਸ਼ਾਗਿਰਦ ਵਾਂ ਮੇਰੇ ਕੋਲ ਚਲੋ ਜਿੰਨੀ ਹੱਦ ਵਿੱਚ ਤਫੀਕ ਮੈਂ ਕਰ ਲਾਂਗਾ ਤੁਹਾਨੂੰ ਸਾਡਾ ਦੇ ਕੋਈ ਬੰਦੇ ਤਾਂ ਨਹੀਂ ਨਜ਼ਰ ਆਉਂਦੇ ਕਹਿੰਦੇ ਆਖਰੀ ਟਾਈਮ ਤੇ ਆਉਂਦੇ ਹੁੰਦੇ ਆ ਮੈਨੂੰ ਆ ਰਹੇ ਆ ਉਸਤਾਦ ਜੀ ਕੌਣ ਆ ਫਰਿਸ਼ਤੇ ਨਜ਼ਰ ਆ ਰਹੇ ਤੇਰੇ ਵੱਲ ਦੇਖ ਰਹੇ ਆ ਉਸਤਾਦ ਜੀ ਮੇਰੇ ਵੱਲ ਕਿਉਂ ਵੇਖਣ ਡੇ ਉਸਤਾਦ ਜੀ ਓਏ ਕੋਈ ਪਤਾ ਨਹੀਂ ਲੱਗਦਾ ਭਰਾਵਾ ਚੁੱਕ ਉਸਤਾਦ ਜੀ ਚੁੱਕ ਤੁਹਾਨੂੰ ਪਈ ਵੇਖਣ ਮੇਰੇ ਵੱਲ ਕਿਉਂ ਡੇ ਉਸਤਾਦ ਜੀ ਤੁਸੀਂ ਵੇਖੋ ਹੁਣ ਚਲੇ ਜਾਣਾ ਤੇ ਉਸਤਾਦ ਜੀ ਕੋਈ ਵਸੀਅਤ ਕਰ ਜਾਓ ਮੈਨੂੰ ਪੁੱਤਰ ਹੈ ਜਿਹੜਾ ਜਾਇਦਾਦ ਹੋਣਾ ਹਾਂ ਉਸਤਾਦ ਜੀ ਮੇਰੇ ਨਾਲ ਲਾ ਦੇਣੀ ਸੁਣ ਤੇ ਲਾ ਹਾਂਜੀ ਹਾਂਜੀ ਜਿਹੜੀਆਂ ਆਪਣੇ ਘਰ ਦੇ ਪਿਛਲੀਆਂ ਜਾਇਦਾਦਾਂ ਨਾ ਹਾਂ ਉਹ ਸਾਰੀਆਂ ਤੇਰੀਆਂ ਉਸਤਾਦ ਜੀ ਪਿਛਲੀਆਂ ਕਿਹੜੀਆਂ ਆਹ ਜਿਹੜੀਆਂ ਮਲਕਾਂ ਦੀਆਂ ਉਸਤਾਦ ਜੀ ਮਲਕ ਤੇ ਫੈਰ ਮਾਰ ਦਿੰਦੇ ਸਿੱਧਾ ਤੇ ਖਾ ਲਈ ਯਾਰ ਕੀ ਹੈ ਉਸਤਾਦ ਜੀ ਕਦੀ ਖਾਧਾ ਫੈਰ ਨਹੀਂ ਉਸਤਾਦ ਐਡਾ ਵੱਡਾ ਹੋ ਗਿਆ ਮਰਿਆ ਹਾਲ ਤੱਕ ਫੈਰ ਹੀ ਨਹੀਂ ਖਾਧਾ ਸਾਲ 'ਚ ਇੱਕ ਦੋ ਵਾਰੀ ਖਾ ਲੈਣਾ ਚਾਹੀਦਾ ਫੈਰ ਨਹੀਂ ਨਹੀਂ ਉਸਤਾਦ ਜੀ ਫੈਰ ਫੂਰ ਨਹੀਂ ਉਸਤਾਦ ਜੀ ਨਾਲੇ ਆਖਰੀ ਟਾਈਮ ਤੇ ਮੈਨੂੰ ਮਾਫ ਕਰ ਦੇਣਾ ਇਹ ਮੇਰੇ ਨਹੀਂ ਆਪਣੇ ਵੱਲ ਕਰ ਅੱਛਾ ਅੱਛਾ ਅਸਲਾਮ ਅਲੈਕਮ ਵਾਲੇਕਮ ਸਲਾਮ ਭਾਈ ਕੋਕੇ ਤੂੰ ਆ ਗਿਆ ਉਸਤਾਦ ਕੀ ਆਈ ਕੀ ਆਈ ਉਸਤਾਦ ਆਈ ਨਾ ਨਸ਼ਾ ਰੋਈ ਰੋਈ ਦਾ ਨਹੀਂ ਹੁੰਦਾ ਕਿਉਂ ਨਾ ਰੋਈ ਦਾ ਪੜੀ ਦਾ ਸਿਰ ਸਾਡਾ ਉਸਤਾਦ ਗਿਆ ਸੀ ਰੋਈ ਉਹ ਕਿੱਥੇ ਗਿਆ ਮਰੇ ਮੈਂ ਰਕਸ਼ਾ ਰੋਕ ਲਿਆ ਕਿੱਥੇ ਚੱਲਾਂ ਮੈਂ ਉਸਤਾਦ ਗਿਆ ਲੈ ਆਖਰੀ ਟਾਈਮ ਮੈਂ ਮਾਫ਼ੀ ਮੰਗਣੀ ਉਸਤਾਦ ਜੀ ਉਹ ਤੁਹਾਡਾ ਲੈਪਟਾਪ ਮੈਂ ਚੁੱਕਿਆ ਸੀਗਾ ਉਹ ਜਿਹੜਾ ਚੋਰੀ ਹੋਇਆ ਸੀ ਮੈਂ ਚੁੱਕਿਆ ਸੀ ਉਸਤਾਦ ਜੀ ਉਹ ਤੂੰ ਚੁੱਕਿਆ ਸੀ ਉਸਤਾਦ ਜੀ ਬਸ 3700 ਦਾ ਵਿੱਚ ਹੈ ਮੈਨੂੰ ਮਾਫ਼ ਕਰ ਦੋ ਜਿਹੜੇ ਦਵਾਈਓ ਬੂਟ ਨੀ ਸੀ ਲਿਆਂਦੇ ਉਹ ਮੈਂ ਲੈਣੇ ਜੇ ਬਾਅਦ ਚ ਮੈਂ ਤੇਰਾ ਮੂੰਹ ਹੀ ਬੂਟ ਰਗਾ ਤੂੰ ਲੈਣੇ ਉਸਤਾਦ ਜੀ 9 ਨੰਬਰ ਪੈਰ ਮੇਰਾ ਮੈਨੂੰ ਹੀ ਆਣੇ ਪੂਰੇ ਉਹ ਵਾਲੇ ਉਸਤਾਦ ਜੀ ਨਾਲੇ ਇੱਕ ਮਿੰਟ ਉਸਤਾਦ ਜੀ ਮੈਂ ਕਹ ਹੈਲੋ ਉਹ ਦੱਸਤਾ ਯਾਰ ਲਾਹੌਰ ਵਾਲੀ ਫੁੱਫੀ ਨੂੰ ਵੀ ਦੱਸਤਾ ਵਾ ਬਸ ਕਰ ਦੇ ਉਹਨੇ ਉਹ ਰਾਣੇ ਨੂੰ ਨਹੀਂ ਦੱਸਿਆ ਰਾਣਾ ਉਸਤਾਦ ਦੇ ਪਰਜਾ ਹੀ ਸਵੇਰੇ ਉਸਤਾਦ ਜੀ ਬੰਦੇ ਦੇ ਮੈਨੂੰ 40 ਕਰ ਲੈਣ ਦੋ ਯਾਰ ਮਰਨ ਵਾਲੇ ਕੋ ਤੇ ਪੁੱਛ ਲੈ ਵੀ ਬੈਠੇ ਪ੍ਰੋਗਰਾਮ ਆ ਬੰਦੇ ਤੇਰੇ ਕੋ ਬੰਦੇ 40 ਹੋਣੇ ਨੇ ਚਾਰ ਬੰਦਿਆਂ ਜਿਨ੍ਹਾਂ ਦਾ ਬੈਲੈਂਸ ਆ ਤੇਰੇ ਕੋ ਨਹੀਂ ਨਹੀਂ ਉਸਤਾਦ ਜੀ ਇੱਥੇ ਪੈਚਕ ਲਾਇਆ ਮੈਂ ਪੈਚਕ ਹੈਲੋ ਮੈਨੂੰ ਹਿਸਾਬ ਨਾਲ ਮੈਨੂੰ ਚੁੱਕ ਪਈ ਹੈ ਚੁੱਕ ਪਈ ਆ ਕੋਈ ਐਡਾ ਰੌਲਾ ਨਹੀਂ ਹੈਗਾ ਜਿੰਨਾ ਤੁਸੀਂ ਬਣਾਇਆ ਵਾ ਨਾ ਉਸਤਾਦ ਜੀ ਨਾਲੇ ਇੱਕ ਗੱਲ ਹੋਰ ਉਸਤਾਦ ਜੀ ਉਹ ਤੁਹਾਡਾ ਆਈਫੋਨ ਨਹੀਂ ਸੀ ਜਿਹੜਾ ਜਿਹੜਾ ਮੈਂ ਉਸਤਾਦ ਜੀ ਉਹ ਵੀ ਮੈਂ ਹੀ ਚੁੱਕਿਆ ਸੀ ਸ਼ੁਕਰ ਹੈ ਉਹ ਚਾਈਨਾ ਦਾ ਸੀ ਪੁੱਤ ਉਸਤਾਦ ਜੀ ਮੈਂ 1600 ਦਾ ਵੇਚਿਆ ਸੀਗਾ ਇਹਦੇ ਦਾ ਵਿਕਣਾ ਸੀ ਹੈਂ ਹਾਂ 1700 ਦਾ ਤਾਂ ਮੈਂ ਲਿਆ ਸੀ ਅੱਛਾ ਚਲੋ ਪ੍ਰੋਫਿਟ 'ਚ ਰਹਿ ਗਏ ਆਹ ਉਸਤਾਦ ਜੀ ਮੈਨੂੰ ਮਾਫ਼ ਕਰ ਦਿਓ ਆਖਰੀ ਟਾਈਮ ਉਸਤਾਦ ਜੀ ਕਿਹੜਾ ਆਖਰੀ ਟਾਈਮ ਆ ਮਰੇ ਉਸਤਾਦ ਜੀ ਫਿਰ ਮੈਂ ਆਖਰੀ ਟਾਈਮ ਵੜਿਆਂ ਚਾਲਿਆਂ ਦਾ ਮਰੀਜ਼ ਆ ਮੈਂ ਆਖਰੀ ਟਾਈਮ ਉਸਤਾਦ ਜੀ ਬਕਵਾਸ ਹੁਣ ਬੰਦ ਕਰ ਸ਼ੁਗਰ ਦੀ ਚੁੱਕ ਦਾ ਇਲਾਜ ਦੱਸ ਮੈਨੂੰ ਕੀ ਹੁੰਦਾ ਉਸਤਾਦ ਜੀ ਚੁੱਕ ਦਾ ਇਲਾਜ ਉਸਤਾਦ ਜੀ ਮੈਨੂੰ ਤਾਂ ਲੱਗਦਾ ਪੇਟ ਵੀ ਤੁਹਾਡਾ ਫੁੱਲ ਗਿਆ ਗੁਰਦਿਆਂ 'ਚ ਪਾਣੀ ਜੇ ਨਹੀਂ ਉਸਤਾਦ ਜੀ ਬਚਣਾ ਤੁਸੀਂ ਮੇਰੇ ਨਾਲ ਚਿਰਤ ਲਾ ਲਓ 50,000 ਰੁਪਈਏ ਬਸ ਤੂੰ ਭਰਾਵਾ ਐਡੇ ਪਿਆਰ ਨਾਲ ਜਦੋਂ ਕਹਿ ਰਿਹਾ ਤਾਂ ਫਿਰ ਕਿੱਥੇ ਬਚਣਾ ਮੈਂ ਉਸਤਾਦ ਜੀ ਮੈਂ 80 ਬੰਦਿਆਂ ਨੂੰ ਕਹਿਤਾ ਸੀ 90 ਬੰਦਿਆਂ ਨੂੰ ਕਹਿਤਾ ਚਲੋ 40 ਵੀ ਨਾ ਆਣਗੇ ਨਹੀਂ ਨਹੀਂ ਇੰਨਾ ਕਿਤੇ ਮੂੰਹ ਮਿਲਾਦਾ ਹੁੰਦਾ ਹੀ ਆ ਆਹੋ ਸਹੀ ਗੱਲ ਹੈ ਆਹੋ ਆ ਜਾਣਗੇ ਅੱਛਾ ਮੈਨੂੰ ਇਹ ਦੱਸੋ ਹੁਣ ਮੈਂ ਜ਼ਿੰਦਾ ਵਾਂ ਕਿ ਮਰ ਗਿਆ ਵਾਂ ਉਸਤਾਦ ਜੀ 50-50 ਹੋ ਬਸ ਠੀਕ ਹੈ ਵੇ ਹਾਲੇ ਸਬਰ ਕਰ ਉਸਤਾਦ ਜੀ ਕੁੱਲਾਂ ਤੇ ਵੰਡਿਸ਼ ਕਰ ਲਈਏ ਅਸਲਾਮੁਅਲੈਕਮ
ਵਾਲੇਕਮ ਸਲਾਮ ਜਨਾਬ ਆਜੋ ਬਿਸਮਿਲ੍ਲਾ ਮੈਨੂੰ ਪਤਾ ਲੱਗਾ ਸੀ ਤਬੀਅਤ ਤਬੀਅਤ ਨੂੰ ਜੱਟ ਭਰ ਗਿਆ ਓਏ ਕਿੱਥੇ ਗਿਆ ਉਸਤਾਦ ਜੀ ਕੁਲਾਂ ਤੇ ਵੰਡਿਸ਼ ਕਰ ਲਈਏ ਰਸ਼ੀਅਨ ਸੈਲਡ ਵੀ ਨਾਲ ਅੱਜ ਕੱਲ੍ਹ ਤੇਰਾ ਮਜ਼ਾ ਕਰਾਉਂਦੀ ਹੈ ਉਹ ਵੀ ਕਰ ਲਾਂ ਚੁੱਕਦੀ ਤੁਸੀਂ ਟੈਨਸ਼ਨ ਨਹੀਂ ਲੈਣੀ ਇਹ ਮਾਲਕ ਨੇ ਤੁਹਾਨੂੰ ਆਰਾਮ ਦੇ ਦੇਣਾ ਹੋਰ ਅੱਧਾ ਪੌਣਾ ਘੰਟਾ ਤੁਹਾਨੂੰ ਆਰਾਮ ਆ ਜਾਏਗਾ ਅੰਗੂਠੇ ਤੇ ਬੰਨ ਲੈ ਤੁਕਾ ਪੜ ਕੇ ਦਿੰਦਾ ਕੀ ਪੜ ਕੇ ਦਿੰਦਾ ਉਹ ਤੁਕਾ ਨੀ ਹੁੰਦਾ ਛੱਲੀ ਵਾਲਾ ਏਡਾ ਤੁਕਾ ਔਖਾ ਨੀ ਹੁੰਦਾ ਉਹ ਬਾਬਾ ਜੀ ਤੁਕਾ ਪੜ ਕੇ ਦਿੰਦੇ ਨੇ ਹਾਂਜੀ ਤੇ ਅਗਲੀ ਗੱਲ ਉਹਦੇ ਦੋ ਤਿੰਨ ਤੁੱਕੇ ਲੱਗ ਵੀ ਗਏ ਮਰੀਜ਼ ਠੀਕ ਵੀ ਹੋ ਗਿਆ ਦੋ ਦਿਨ ਉਸਤਾਦ ਦੀ ਦਿਲ ਦੀ ਧੜਕਣ ਵੀ ਬੰਦ ਹੋ ਗਈ ਦਿਲ ਦੀ ਧੜਕਣ ਉਸਤਾਦ ਜੀ ਬੰਦ ਵਾ ਨਹੀਂ ਉਸਤਾਦ ਜੀ ਚੱਲ ਰਹੀ ਆ ਨਹੀਂ ਉਸਤਾਦ ਜੀ ਮੈਂ ਚੱਲ ਰਹੀ ਆ ਜਦੋਂ ਮੈਂ ਕਹਿ ਰਿਹਾ ਚੱਲ ਰਹੀ ਆ ਉਸਤਾਦ ਜੀ ਮੈਨੂੰ ਯਕੀਨ ਹੀ ਨਹੀਂ ਤੁਹਾਡੇ ਤੇ ਬੰਦ ਵਾ ਯਾਰ ਚੁੱਕ ਕਿੱਥੇ ਪੈਂਦੀ ਆ ਇਹ ਗੱਟ ਵਾਲੇ ਪੈਂਦੀ ਆ ਜੀ ਗੱਟ ਵਾਲੀ ਨੀ ਉੱਥੇ ਅਕਸਰ ਪੈਂਦੀ ਆ ਚੁੱਕ ਚੁੱਕ ਕਿਹੜੇ ਹਿੱਸੇ ਤੇ ਪੈਂਦੀ ਆ ਕਮਰ ਤੇ ਤੂੰ ਬਾਹ ਘੁੱਟੀ ਜਾਂਦੇ ਆ ਪੌਣੇ ਘੰਟੇ ਉਸਤਾਦ ਜੀ ਤਖਤੀ ਤੇ ਨਾਂ ਕੀ ਲਗਾਉਣਾ ਪੂਰਾ ਨਾਲ ਹਾਦਨਾ ਫੈਸਲ ਮੁਗਲ ਉਹ ਉਸਤਾਦ ਜੀ ਕੌਣ ਅੱਛਾ ਇਹ ਮੈਂ ਦੱਸਦਾ ਜੀ ਇੱਕ ਮਿੰਟ ਇਹ ਤੁਹਾਡਾ ਐਵੇਂ ਸਿਰ ਖਾਈ ਜਾਣ ਦੇ ਸੌਖਾ ਇਲਾਜ ਮੈਂ ਤੁਹਾਨੂੰ ਦੱਸ ਦਿੰਦਾ ਤੁਹਾਡੀ ਚੁੱਕ ਹਟ ਜਾਣੀ ਤੁਸੀਂ 8 ਦਿਨ ਲੰਡੇ ਦਾ ਕੱਛਾ ਪਾਉਣਾ ਕਿੰਨੇ ਦਿਨ ਜੀ 8 ਦਿਨ ਲੰਡੇ ਦਾ ਕੱਛਾ ਪਾਉਣਾ ਤੇ ਦੋ ਵਾਲੂ ਚੂਹੇ ਗਰਮ ਦੁੱਧ ਨਾਲ ਖਾਣੇ ਆ ਮਾਸ਼ਾਅੱਲਾ ਮੁਬਾਰਕ ਹੋਵੇ ਉਹ ਭਾਈ ਅੱਬੂ ਫੌਤ ਹੋਏ ਆ ਉਹਦੇ ਯਾਰ ਕੋਈ ਇਲਾਜ ਦੱਸ ਦੇ ਤੇਰੀ ਮਿਹਰਬਾਨੀ ਜਿਹੜਾ ਉਸਤਾਦ ਨੂੰ ਸਾਡੇ ਨੂੰ ਆਰਾਮ ਸੌਖਾ ਇਲਾਜ ਅੱਛਾ ਜੀ ਹਕੀਮ ਦੀ ਦੁਕਾਨ ਤੇ ਜਾਣਾ ਅੱਛਾ ਜੀ ਉਹਨੂੰ ਕਿਹੜਾ ਜਿਹੜਾ ਵੀ ਹਕੀਮ ਹੋਵੇ ਕੋਈ ਅੱਛਾ ਹਕੀਮ ਉਹਨੂੰ ਕਿਹੜਾ ਦੋ ਤੋੜੇ ਮਿੱਤੜ ਹਾਰਾ ਦੇ ਦੇ ਦੋ ਤੋੜੇ ਤੋਲੇ ਉਹ ਤੋਲੇ ਆਹ ਤੋਲੇ ਦੋ ਤੋਲੇ ਮਿੱਤੜ ਹਾਰਾ ਲੈਣਾ ਨਾਲ ਪਾਈਆ ਮਗਨੌਰੀ ਮਿੱਟੀ ਲੈਣੀ ਉਹ ਭਾਈ ਇਹ ਮੁਲਤਾਨੀ ਮਿੱਟੀ ਸੁਣਿਆ ਮੁਲਤਾਨੀ ਮਿੱਟੀ ਆਹੋ ਉਹੀ ਮਗਨੌਰੀ ਮੁਲਤਾਨੀ ਮਿਲਦਾ ਹੀ ਹੈ ਨਾ ਉਹ ਮਿੱਟੀ ਲੈ ਕੇ ਤੁਸੀਂ ਜਿੱਥੇ ਤੁਹਾਡੀ ਚੁੱਕ ਪਈ ਹੈ ਨਾ ਉੱਥੇ ਬੰਨ ਲੈਣੀ ਹੈ ਅੱਛਾ ਤੇ ਮੂਧਾ ਹੋ ਕੇ ਸੂਰਜ ਵੱਲ ਮੂੰਹ ਕਰ ਲੈਣਾ ਅੱਲਾ ਦੇ ਬੰਦਿਆ ਮੂਧਾ ਹੋ ਉਹ ਤੁਹਾਨੂੰ ਨੀ ਪਤਾ ਜਦੋਂ ਤੁਸੀਂ ਮੂਧਾ ਹੋ ਕੇ ਸੂਰਜ ਵੱਲ ਮੂੰਹ ਕਰਨਾ ਜਿਹੜੀਆਂ ਤਾਜ਼ੀਆਂ ਕਿਰਨਾਂ ਪੈਣੀਆਂ ਨਾ ਤੁਹਾਡੇ ਮੂੰਹ ਤੇ ਉਹਨੇ ਤੁਹਾਡਾ ਮੂੰਹ ਖੋਲ ਦੇਣਾ ਤੇਰੀਆਂ ਜਿਹੜੇ ਬੁੱਸੀਆਂ ਚਪੇੜਾਂ ਪੈਣੀਆਂ ਨਾ ਹੁਣ ਉਹਨੇ ਤੇਰਾ ਮੂੰਹ ਬੰਦ ਕਰ ਦੇਣਾ ਬੇਟੇ ਪੁੱਠਾ ਹੋ ਕੇ ਕਿਹੜਾ ਸੂਰਜ ਵੱਲ ਮੂੰਹ ਹੁੰਦਾ ਵੀ ਕੀ ਹੁੰਦਾ ਫਿਰ ਓਏ ਉਹ ਜੋ ਮਰਜ਼ੀ ਕਰਨ ਦਿਆ ਉਹਨੇ ਜ਼ਿੰਦਾ ਤਾਂ ਰੱਖਿਆ ਨਾ ਮੈਨੂੰ ਉਸਤਾਦ ਜੀ ਟਾਈਮ ਥੋੜ੍ਹਾ ਸੀ ਸਰਈਆ ਖਾਨਮ ਹਸਪਤਾਲ ਚੱਲਦੇ ਹਾਂ ਚਲੋ ਉਸਤਾਦ ਜੀ ਸਰਈਆ ਖਾਨਮ ਹਸਪਤਾਲ ਉੱਥੇ ਤੁਹਾਡੇ ਟੈਸਟ ਹੋਣਗੇ ਨਾਲ ਹੀ ਅਸੀਂ ਵੰਡੇ ਵੀ ਕਰ ਲਾਂਗੇ ਚੁੱਕਦਾ ਐਡਾ ਰੌਲਾ ਕੋਈ ਨੀ ਹੈਗਾ ਹਾਂਜੀ ਹਾਂਜੀ ਬਸ ਤੁਸੀਂ ਫਰੂਟ ਦਾ ਇਸਤੇਮਾਲ ਜ਼ਿਆਦਾ ਕਰੋ ਜ਼ਰਾ ਅੱਛੀ ਗੱਲ ਫਲ ਫਰੂਟ ਹਾਂ ਤੁਸੀਂ ਨਿਆਰ ਮੂੰਹ ਚਿਤਰੀ ਵਾਲੀ ਮੂਲੀ ਖਾਇਆ ਕਰੋ ਕਿਹੜੀ ਮੂਲੀ ਜੀ ਚਿਤਰੀ ਵਾਲੀ ਮੂਲੀ ਨਾਲ ਲੰਗੜੇ ਅਮਰੂਦ ਖਾਣੇ ਤੁਸੀਂ ਅਨਵਰ ਡਰੋਲ ਖਰਬੂਜ਼ੇ ਵੀ ਕਹਿ ਤੇ ਲੰਗੜੇ ਅਮਰੂਦ ਖਾਣ ਤੋਂ ਬਾਅਦ ਫਾਲਸਾ ਖਾਣਾ ਛਿੱਲ ਕੇ ਤੇ ਹਲਕਾ ਜਿਹਾ ਹਿੱਲ ਕੇ ਉਹ ਹਿੱਲਿਆ ਤੇ ਅੱਗੇ ਨਹੀਂ ਜਾਂਦਾ ਉਹਦੇ ਵਾਸਤੇ ਇਲਾਜ ਕਰਾਉਣ ਦੇ ਪਤਾ ਹੀ ਨਹੀਂ ਹੈਗਾ ਜਦੋਂ ਪਹਿਲਾ ਦਾਣਾ ਗਿਆ ਨਾ ਅੰਦਰ ਉਹਨੇ ਕੰਪ ਚਾ ਦੇਣਾ ਜਲੰਧਰ ਤੁਹਾਡੇ ਕੋਈ ਹਕੀਮਾਂ ਦੇ ਨਾਲ ਵੀ ਹੈ ਨੇ ਸਿਲਸਿਲਾ ਹਕੀਮ ਲੁਕਮਾਨ ਕੌਣ ਸੀ ਕੌਣ ਸੀ ਮੈਂ ਤੁਹਾਨੂੰ ਪੁੱਛ ਰਿਹਾ ਕੌਣ ਸੀ ਹਕੀਮ ਲੁਕਮਾਨ ਜਿਹੜਾ ਸੀ ਨਾ ਜੀ ਉਹ ਮੋਟਰਸਾਈਕਲ ਮਕੈਨਿਕ ਸੀ ਲਓ ਮੈਂ ਉਸ ਮੋਟਰਸਾਈਕਲ ਤੇ ਉਹਨੂੰ ਫੱਕੀ ਵੇਚਦਾ ਦੇਖਿਆ ਹਾਂਜੀ ਇਹ ਓ ਯਾਰ ਖੁਦਾ ਦਾ ਖੌਫ ਕਰ 60,000 ਰੁਪਇਆ ਮੰਗ ਰਿਹਾ ਕਬਰ ਵਾਲਾ ਕੀ ਕਹਿੰਦਾ 60,000 ਹਾਂਜੀ ਉਹਨੂੰ ਕਹ ਸਾਨੂੰ ਕੋਈ ਚੱਲਦੀ ਕਬਰ ਦੇ ਦੇਵੇ ਸਸਤੀ ਜਿਹੀ ਯਾਰ ਕੋਈ ਗੈਰ ਨਹੀਂ ਮੇਰੇ ਉਸਤਾਦ ਨੇ ਪੈਣਾ ਵਿੱਚ ਯਾਰ ਉਹਨੇ ਮੇਰੀ ਗੱਲ ਕਰਾਏ ਦੇ ਨਾਲ ਯਾਰ ਹੈਲੋ ਉਹ ਨਿਆਮਤਾ ਕਾਹਦਾ 60,000 ਰੁਪਇਆ ਮੰਗਦਾ ਕਬਰ ਦਾ ਦੱਸ ਉਹ ਸਾਡੀ ਅੱਧੀ ਨਸਲ ਇਸ ਕਬਰਿਸਤਾਨ ਆ ਕੋਈ ਹਯਾ ਕਰ ਸਾਰੇ ਸਾਡੇ ਵੱਡੇ ਇੱਥੇ ਮਰੇ ਆ ਕੋਈ ਹਯਾ ਕਰ ਸਾਡਾ ਉਸਤਾਦ ਆ ਆਹਾ ਨਾ 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 45 ਨਾ 45 ਵੀ ਨਹੀਂ ਨਾ ਤੇਰਾ 60 ਨਾ ਸਾਡਾ 45 ਰੁਪਇਆ 1500 ਮਿਲੂਗਾ ਆਹੋ
ਕੋਈ ਜ਼ਿਆਦਾ ਡੂੰਘੀ ਕੱਢ ਦੀ ਪਾਣੀ ਅੱਜ ਕੱਲ੍ਹ ਚੱਲਣ ਡਏ ਆਹੋ ਸਲਾਬ ਵਾਲੀ ਦੇ ਦੇ ਸਾਨੂੰ ਕੋਈ ਰੌਲਾ ਨਹੀਂ ਦਫਨਾ ਦੀ ਉਹਨੂੰ ਕੋਈ ਰੌਲਾ ਨੀ ਏਡਾ ਤੈਨੂੰ ਯਾਦ ਆ ਤੂੰ ਕਬਰਸਤਾਨ ਬਣਾਇਆ ਸੀ ਤੂੰ ਕੋਈ ਨੀ ਸੀ ਆਉਂਦਾ ਤੇਰੇ ਕੋਲ ਪਹਿਲੀ ਕਬਰ ਅਸੀਂ ਆਪਣੇ ਦਾਦੇ ਦੀ ਕਢਾਈ ਹਾਲਾਂਕਿ ਉਹ ਜਿੰਦਾ ਸੀ ਮੈਂ ਕਿਹਾ ਚੱਲ ਯਾਰ ਇਹਦਾ ਕੰਮ ਤੁਰ ਪਵੇ ਦਾਦਾ ਤਾਂ ਫੇਰ ਵੀ ਲੱਭ ਜੂਗਾ ਤੁਹਾਨੂੰ ਜ਼ਰਾ ਖਿਆਲ ਪੜਦਾਦੀ ਵੀ ਮੇਰੀ ਇੱਥੇ ਹੀ ਆ ਆ ਫੋਲ ਤਾਂ ਤੀਜੀ ਕਬਰ ਨਾਲ ਦੀ ਆਹੋ ਨੀਲੀ ਨੌ ਪਾਲਿਸ਼ ਲਾਈ ਤੈਨੂੰ ਲੱਗ ਜਾਏਗਾ ਪਤਾ ਤੂੰ ਮੈਂ ਹੀ ਨਹੀਂ ਕਿ ਤੈਨੂੰ ਗਲਤ ਕਹਿਣ ਡਿਆ ਉਸਤਾਦ ਦੀਆਂ ਅੱਖਾਂ ਚੜ੍ਹਨ ਡਈਆਂ ਇੱਕ ਮਿੰਟ ਠਹਿਰ ਉਸਤਾਦ ਹੁਣੀ ਕੀ ਚੜ੍ਹਨ ਡਏ ਆ ਕਰੀ ਗੱਲ ਜ਼ਰਾ ਅੱਖਾਂ ਚੜ੍ਹਨ ਡਈਆਂ ਦੱਸ ਉਹਨੂੰ ਜ਼ਰਾ ਤੂੰ ਛੇਤੀ ਕਰ ਲੈ ਛੇਤੀ ਕਰ ਲੈ ਘੰਟੇ ਦਾ ਟਾਈਮ ਲਾਇਆ ਤੂੰ ਮੈਂ ਵੀ ਜ਼ੋਰ ਤੋਂ ਬਾਅਦ ਦਾ ਹੋ ਜੇ ਹਾਂ ਯਾਰ ਪੁੱਛੀ ਲਵੋ ਉਸਤਾਦ ਹੁਣਾਂ ਨੂੰ ਉਸਤਾਦ ਜੀ ਕਿੰਨੇ ਕੁ ਦਾ ਗਟਕਮ ਜੀ ਵਾਲਿਕੁਮ ਸਲਾਮ ਉਸਤਾਦ ਕੀ ਆਈ ਆ ਫਰੀਦਾ ਨਾ ਨਾ ਯਾਰ ਮੈਂ ਸਪੋਣੇ ਵਾਲੀਆਂ ਗੱਲਾਂ ਨਾ ਕਰ ਯਾਰ ਅੱਲਾ ਮਾਫੀ ਦੇ ਫੈਸਲ ਉਸਤਾਦ ਕੀ ਆਈ ਆ ਕੀ ਆ ਕੀ ਗੱਲ ਹੋਈ ਕੀ ਹੋਈ ਹੈ ਉਸਤਾਦ ਚੁੱਕ ਪੈ ਗਈ ਯਾਰ ਚੁੱਕ ਪਈ ਆ ਬਹੁਤ ਉਹ ਇੱਕ ਮਿੰਟ ਲੱਗਣਾ ਚੁੱਕ ਦਾ ਕੋ ਰੌਲਾ ਉਸਤਾਦ ਜੀ ਕਿੱਥੇ ਪਈ ਚੁੱਕ ਯਾਰ ਆ ਬਸ ਠੀਕ ਹੈ ਸਾਹ ਜੀ ਹਿੱਲਣਾ ਨਹੀਂ ਇੱਥੋਂ ਤੁਸੀਂ ਉਹ ਆ ਪਾਣਾ ਵਾ ਉਹ ਇੱਕ ਮਿੰਟ ਠਹਿਰ ਜਾ ਉਹ ਇੱਕ ਮਿੰਟ ਵੇਖੀ ਉਹ ਭਾਈ ਜਾਨ ਪਰਨਾ ਪਾ ਕੇ ਰੱਖੀ ਦਾ ਥੱਲੇ ਉਹ ਅੱਲਾ ਤੋਂ ਪਨਾਹ ਮੰਗ ਕਿੱਦਾਂ ਦਾ ਤੂੰ ਸਾਹ ਜੀ ਮਈਅਤ ਨੂੰ ਪਿੱਤ ਨਿਕਲੀ ਹੁੰਦੀ ਠਹਿਰ ਜਾ ਇੱਕ ਮਿੰਟ ਉਹ ਭਾਈ ਪਰਨੇ ਨਾਲ ਮੈਂ ਦੱਸਿਆ ਸੀ ਇਹ ਇਲਾਜ ਮੈਂ ਕੀਤਾ ਮਾਸ਼ਾਅੱਲਾ ਜੀ ਆਹਾ ਹਾ ਬਸ ਨਿਕਲ ਗਈ ਨਿਕਲ ਗਈ ਉਸਤਾਦ ਜੀ ਉਸਤਾਦ ਜੀ ਉਹ ਕਿਤੇ ਉਸਤਾਦ ਹੋ ਲੱਛੇ ਹੀ ਨਾ ਬਣਾ ਦੇਣ ਇਦਾਂ ਨਿਕਲ ਗਈ ਹੈ ਹੈ ਹਿੱਲਣਾ ਨਹੀਂ ਇੱਥੇ ਹੀ ਰਹਿਣਾ ਉਹ ਤੂੰ ਡੰਡਾ ਵੀ ਰੱਖਿਆ ਉਸਤਾਦ ਦਾ ਟੁੱਲ ਲਾਉਣਾ ਵਾ ਨਹੀਂ ਨਹੀਂ ਇੱਦਾਂ ਨਹੀਂ ਠਹਿਰ ਜਾਓ ਯਾਰ ਇੱਕ ਮਿੰਟ ਹੱਥ ਰੱਖੀ ਤੇਰਾ ਥੱਲੇ ਫੈਸਲ ਧਿਆਨ ਕਰੀ ਚੱਲ ਧਿਆਨ ਆ ਸਲੇਟ ਵੇਖੀ ਸਹੀ ਰੱਖੀ ਕਿ ਨਹੀਂ ਉਸਤਾਦ ਜੀ ਗੱਡੀ ਦੀ ਚਾਬੀ ਕਿੱਥੇ ਜੇ ਓਕੇ ਓਕੇ ਦੀ ਉਸਤਾਦ ਜੀ ਨਹੀਂ ਨਹੀਂ ਠੀਕ ਹੋ ਗਿਆ ਕਸਮੇ ਇਹ ਚਾਰ ਦਿਨ ਤੁਸੀਂ ਇੱਧਰ ਨਿਕਲ ਗਈ ਨਹੀਂ ਉਸਤਾਦ ਜੀ ਕੋਈ ਨਹੀਂ ਨਿਕਲੀ ਬੰਨ ਲਾਣੇ ਸੀ ਉਸਤਾਦ ਜੀ ਉਸਤਾਦ ਜੀ ਸਵਾ ਦੋ ਮੀਟਰ ਗਿਆ ਸੀ ਉਹਨੂੰ ਇਹ ਤੂੰ ਕੀ ਲੈ ਕੇ ਆਇਆ ਸੀ ਉਸਤਾਦ ਜੀ ਮੈਂ ਇੱਕ ਹੋਰ ਸ਼ੈ ਵੀ ਲਿਆਂਦੀ ਹੈ ਲਿਆਂਦਾ ਜੈਕ ਇਹ ਚੁੱਕ ਦਿਨਾ ਦਿਨ ਕੱਢ ਦਿੰਦਾ ਇੱਕ ਮਿੰਟ ਲੱਗਦਾ ਉਸਤਾਦ ਜੀ ਇਹ ਤਾਂ ਮਸਲਾ ਹੀ ਕੋਈ ਨਹੀਂ ਹੈਗਾ ਸਾਡੇ ਦਾਦਾ ਜੀ ਬਸ਼ੀਰ ਕੌਡਾ ਸਾਹਿਬ ਨੇ ਨਾ ਬੜੇ ਨੁਸਖੇ ਦੱਸੇ ਆ ਇੱਕ ਮਿੰਟ ਲੱਗਣਾ ਤੁਹਾਡੀ ਚੁੱਕ ਉਹ ਜਾ ਪੈਣੀ ਬਾਹਰ ਕਿੱਦਾਂ ਉਸਤਾਦ ਜੀ ਨੁਸਖਾ ਮਾਰ ਰਹਿਮ ਕਰੇ ਆ ਤੁਸੀਂ ਮੌਤ ਵਾਲਾ ਫਰਿਸ਼ਤਾ ਸਰਾਣੇ ਬਿਠਾਇਆ ਪੇਟੀ ਨਹੀਂ ਇਹ ਕੁੜੇ ਵਾਲੀ ਅੰਬਾਂ ਵਾਲੀ ਹੁੰਦੀ ਤੈਨੂੰ ਕਹਿਣਾ ਅੱਗ ਲਾਣੀ ਆ ਸੀ ਓਏ ਚਲੋ ਕੁਛ ਨੀ ਹੋ ਸਕਦਾ ਮੇਰੇ ਉਸਤਾਦ ਨੂੰ ਮੈਂ ਪੈਸੇ ਲਾਉਣਾ ਕਿੰਨੇ ਪੈਸੇ ਲੱਗ ਜਾਣਗੇ ਯਾਰ ਕਿਹੜੀ ਹੌਲੀ ਨੂੰ ਕੌਣ ਰੋਕ ਸਕਦਾ ਵਾ ਪੈਸੇ ਲੱਗ ਜਾਣਗੇ ਸਰ ਨਹੀਂ ਦੇਖੋ ਹੈ ਇਹਨੇ ਪੈਸੇ 60 ਤੇ ਕਵਰ ਵਾਲਾ ਮੰਗਣ ਦੇ ਯਾਰ ਬਹਿ ਜਾ ਕੁੰਮ ਓਏ ਬਸ ਕਰੋ ਓਏ ਬਸ ਕਰੋ ਉਸਤਾਦ ਜੀ ਅਸੀਂ ਸਾਰੇ ਸ਼ਾਗਿਰਦ ਵਾ ਚਲੀਸਵੇਂ ਦਾ ਦੱਸੋ ਕੀ ਕਰਨਾ ਓਏ ਯਾਰ ਓ ਖੁਦਾ ਦੇ ਆ ਬੰਦਿਆ ਤੈਨੂੰ ਚਲੀਸਵੇਂ ਦੀ ਪੈ ਗਈ ਪਹਿਲੇ ਕੁਲਾਂ ਦਾ ਤਾਂ ਸੋਚ ਲਓ ਓ ਹੈਲੋ ਮੈਂ ਘੋੜੇ ਧਾਉਣੇ ਮੈਂ ਤੈਨੂੰ ਦੱਸਦਾ ਫੈਸਲ ਚਲੀਸਵੇਂ ਦੀ ਪੈ ਗਈ ਪਹਿਲੇ ਜਾ ਕੇ ਮਾਵਾਂ ਜਦੋਂ ਮਰ ਜਾਂਦੀਆਂ ਕੇਸਟਾਂ ਦੇ ਵੇਚ ਲਾ ਕਿੱਦਾਂ ਦਾ ਗੈਟਅਪ ਕੀਤਾ ਤੂੰ ਮਾਵਾਂ ਜਦੋਂ ਮਰ ਜਾਂਦੀਆਂ ਉਹ ਕੇਸਟਾਂ ਚਾਵਾਂ ਜਦੋਂ ਮਰ ਜਾਂਦੀਆਂ ਮਰੇ ਤੂੰ ਕਿੱਦਾਂ ਦਾ ਗੈਟਅਪ ਕੀਤਾ ਹੈਵੀ ਬਾਈਕ ਤੇ ਜਨਾਜ਼ਾ ਲੈ ਜਾਣਾ ਵਾ ਪੈਸੇ ਨਹੀਂ ਸੁਣਾਈ ਜਾਂਦਾ ਕਿ ਸਾਡੇ ਕੋਲ ਪੈਸੇ ਬੜੇ ਆ ਤੁਸੀਂ ਉਸਤਾਦ ਮੈਨੂੰ ਅਕਲ ਕਰ ਫੈਸਲ ਕੀ ਗੱਲ ਆ ਤੈਨੂੰ ਯਾਰ ਤੈਨੂੰ ਬਹੁਤ ਕਾਹਲੀ ਆ ਜਿਹੜੇ ਇੱਕ ਦੋ ਚਾਰ ਸੂਟ ਪਏ ਆ ਤੂੰ ਪਹਿਲਾਂ ਲੈ ਲਾ ਏਡਾ ਕਾਹਲੀ ਕਾਹਦੀ ਤੈਨੂੰ ਪਈ ਉਹਦਾ ਪਿਓ ਮਰ ਗਿਆ ਉਹਦੀ ਦਾਦੀ ਦਾਦਾ ਉਹਦੇ ਅੱਧਾ ਖਾਨਦਾਨ ਮਰ ਗਿਆ ਉਹਨੂੰ ਉਹੀ ਆਦਤ ਪਈ ਆ ਯਾਰ ਤੂੰ ਕੁਝ ਕਿਸੇ ਜਿਉਂਦਿਆਂ ਦੀ ਵੀ ਚੀਜ਼ ਪਾ ਲਾ ਕੋਈ ਕਿ ਤੂੰ ਮਰਿਆਂ ਦੀਆਂ ਸਾਰੀਆਂ ਸ਼ੈਵਾਂ ਇਸਤੇਮਾਲ ਕਰਨੀਆਂ ਫੈਸਲ ਨੂੰ ਫੌਤਗੀ ਵਾਲੇ ਸੂਟ ਰਾਸ ਆ ਅੱਛਾ ਜੀ ਯਾਰ ਤੂੰ ਕੋਈ ਇਲਾਜ ਦੱਸ ਯਾਰ ਤਾਂ ਜੀ ਤੁਸੀਂ ਹਨਾ ਕੀ ਕਰਨਾ ਹਾਂ ਮੋਟਰਸਾਈਕਲ ਤੇ ਲੈਣੇ ਦੋ ਚੱਕੇ ਚੱਕੇ ਦਾ ਚੋਕਣਾ ਕਿਤੇ ਲੱਗਾ ਉਸਤਾਦ ਜੀ ਮੈਂ ਤੁਹਾਨੂੰ ਦੱਸਣਾ ਨਾ ਉਹ ਚੱਕੇ ਜਦੋਂ ਤੁਸੀਂ ਲੈ ਲੈਣੇ ਜਿਵੇਂ ਬੱਚੇ ਨਹੀਂ ਖੇਡਦੇ ਰੇਡ ਰੇਡ ਇਹ ਇਲਾਜ ਅੱਛਾ ਦੱਸ ਰਹੇ ਠੀਕ ਹੈ ਨਾ ਤੁਸੀਂ ਇੱਕ ਵਾਰੀ ਜਾਣਾ ਐਂ ਨੂੰ
ਫਿਰ ਇੱਕ ਵਾਰੀ ਐਂ ਨੂੰ ਆਉਣਾ ਇੰਜ ਮਾਰਦਾ ਮਾਰਦਾ ਮਾਰਦੇ ਮਾਰਦੇ ਨਾ ਤੁਸੀਂ ਜਦੋਂ ਆਉਣਾ ਨਾ ਅਤੇ ਮੈਨੂੰ ਉਮੀਦ ਹੈ ਕਿ ਸ਼ਾਇਦ ਠੀਕ ਹੋ ਜੇ ਚੱਕੇ ਦੇ ਨਾਲ ਚੁੱਕ ਅਤੇ ਚੱਕੇ ਇਹਨਾਂ ਦਾ ਆਪਸ ਦੇ ਵਿੱਚ ਕੰਪੈਰੀਜ਼ਨ ਕੀਤਾ ਜਾਏ ਨਾ ਉਹ ਵੀ ਚੇ ਨਾ ਚੇ ਨਾ ਚੁੱਕ ਅਤੇ ਚੇ ਨਾ ਚੱਕੇ ਤੁਹਾਡਾ ਸੌਖਾ ਇਲਾਜ ਅਤੇ ਸਸਤਾ ਇਲਾਜ ਆ ਗਿਆ ਤੁਸੀਂ ਇੱਕ ਜੱਗ ਲੈਣਾ ਪਾਣੀ ਦਾ ਮਸਲਾ ਕੀ ਹੋਇਆ ਤੁਹਾਨੂੰ ਵੈਸੇ ਮੈਂ ਗਿਆ ਸੀ ਕਰਾਚੀ ਸ਼ੋਅ ਕਰਨ ਅੱਛਾ ਉੱਥੇ ਮੈਂ ਸਮੁੰਦਰ ਤੇ ਜ਼ਬਾ ਗੱਲ ਕੀਤਾ ਸਮੁੰਦਰ ਤੇ ਮੈਂ ਪੁੱਠਾ ਸਿੱਧਾ ਬੇ ਫੌਕਾ ਬੇ ਲਾਇਆ ਬੇ ਬੈਲੈਂਸ ਹਾਂ ਵੋ ਮੁਝੇ ਨਾ ਬਲ ਪੜ ਗਿਆ ਚੁੱਕ ਪੰਜਾਬ ਮੇ ਹੋਤਾ ਹੈ ਔਰ ਉਠਾਓ ਜੋ ਹੋਤਾ ਹੈ ਨਾ ਉਠਾਓ ਉਠਾਓ ਹਾਂ ਮਤਲਬ ਅਗਰ ਮੁਝੇ ਕੋਈ ਕਰਾਚੀ ਮੇ ਪੁੱਛੇਗਾ ਆਪਕੋ ਕਿਆ ਹੋਗਾ ਕਿ ਮੁਝੇ ਉਠਾਓ ਪੜ ਗਿਆ ਉਠਾਓ ਪੜ ਗਿਆ ਉਸਤਾਦ ਜੀ ਫਿਰ ਇਹਦਾ ਤੁਸੀਂ ਕੋਈ ਇਲਾਜ ਕੋਈ ਕੁਛ ਨਹੀਂ ਕੀਤਾ ਕਾਫੀ ਕੁਛ ਕੀਤਾ ਭਰਾਵਾ ਉਸਤਾਦ ਜੀ ਤੁਸੀਂ ਚੈਨ ਦੇ ਦੰਦੇ ਉਹਨਾਂ ਦੇ ਦੰਦੀ ਵੱਢ ਕੇ ਵੇਖੀ ਮੈਂ ਇਸ ਤੋਂ ਵੀ ਅਗਲੇ ਕੰਮ ਕੀਤੇ ਨੇ ਤਾਂ ਜੀ ਤੁਸੀਂ ਆਪਣਾ ਸਰਫ ਪਾ ਕੇ ਪਾਣੀ 'ਚ ਬੁਲਬਲੇ ਮਾਰ ਕੇ ਵੇਖੇ ਇਹਦੇ ਨਾਲ ਤਾਂ ਇੱਕ ਮਿੰਟ ਲੱਗਦਾ ਉਸਤਾਦ ਜੀ ਤੁਸੀਂ ਕੀਤਾ ਹੀ ਕੁਛ ਨਹੀਂ ਹੈਗਾ ਤੁਸੀਂ ਮੇਰੇ ਨਾਲ ਚੱਲੋ ਤੁਹਾਨੂੰ ਮੈਂ ਹੁਣੇ ਲੈ ਕੇ ਜਾਣਾ ਉਸਤਾਦ ਜੀ ਬਸ ਮੈਂ ਐ ਹੁੰਦੇ ਨੇ ਬੱਚੇ ਸ਼ਾਗਿਰਦ ਉਸਤਾਦ ਜੀ ਨਹੀਂ ਨਹੀਂ ਇਹ ਛੱਡ ਦਿਓ ਇਹਨਾਂ ਸਾਰਿਆਂ ਨੂੰ ਇਹਨਾਂ ਨੂੰ ਤੁਸੀਂ ਦਫਾ ਕਰੋ ਇਹਨਾਂ ਨੇ ਤੁਹਾਡੀ ਕੀ ਕਦਰ ਕਰਨੀ ਉਸਤਾਦ ਜੀ ਤੁਸੀਂ ਮੇਰੇ ਨਾਲ ਚੱਲੋ ਕਿੱਥੇ ਲਿਜਾਣਾ ਉਸਤਾਦ ਹੁਣਾਂ ਨੂੰ ਉਸਤਾਦ ਹੁਣਾਂ ਦੇ ਘਰ ਜਾਣਾ ਵਾ ਉਹ ਪੁਰਾਣੇ ਜੋਗਰ ਪਏ ਨੇ ਉਹ ਉਸਤਾਦ ਜੀ ਦੇ ਦਿਓ ਮੈਨੂੰ ਉਸਤਾਦ ਜੀ ਕੀ ਹੋ ਗਿਆ ਉਸਤਾਦ ਜੀ ਤੁਸੀਂ ਪਤਾ ਨਹੀਂ ਬਚਣਾ ਕਿ ਨਹੀਂ ਬਚਣਾ ਬੇਟਾ ਜੇ ਮੈਂ ਬਚ ਗਿਆ ਨਾ ਤੇ ਤੂੰ ਨਹੀਂ ਬਚਦਾ ਫਿਰ ਇਹ ਗੱਲ ਰੇਂਜ ਰੱਖੀ ਉਹ ਲਾਂਦੀ ਉਹ ਸਿਰਫ ਚੁੱਕ ਪਈ ਆ ਪੈਸਾ ਉਸਤਾਦ ਜੀ ਮੈਂ ਹੀ ਲਾਉਣਾ ਜਿੰਨਾ ਵੀ ਲਾਉਣਾ ਪੈ ਜਾਵੇ 200 ਲਾਈ ਵੇ 250 ਪੌਣੇ 300 ਜਿੰਨਾ ਵੀ ਲਾਈ ਵੇ ਕੀ ਕਰਨਾ ਚਾਹੀਦਾ ਤੁਹਾਨੂੰ ਉਸਤਾਦ ਜੀ ਮੇਰੇ ਕੋਲ ਉਸਤਾਦ ਜੀ ਸਾਰੀਆਂ ਚੀਜ਼ਾਂ ਆਣੀਆਂ ਚਾਹੀਦੀਆਂ ਯਾਰ ਜਿੰਨੇ ਕਿ ਤੂੰ ਪੈਸੇ ਲਾਉਣ ਡਿਆ ਨਾ ਉਸਤਾਦ ਤੇ ਮੇਰੀ ਰਿਕੁਐਸਟ ਆ ਥੋੜੇ ਜਿਹਾ ਆਪਣੇ ਬਾਲ ਬੱਚਿਆਂ ਵਾਸਤੇ ਵੀ ਰੱਖ ਲੈ ਨਹੀਂ ਨਹੀਂ ਉਸਤਾਦ ਨਹੀਂ ਯਾਰ ਨਿੱਕੇ ਨਿੱਕੇ ਬੱਚੇ ਤੇਰੇ 250 ਹੀ ਤੂੰ ਲਾ ਦੇਣਾ ਉਸਤਾਦ ਤੇ ਖਾਧਾ ਪੀਤਾ ਉਸਤਾਦ ਜੀ ਕੱਖ ਨੀ ਲੈਣਾ ਖਾਨੇ ਵਾਲੇ ਵਾਲੀ ਫੁੱਫੋ ਨੂੰ ਕਵੋ ਫੋਨ ਕਰਕੇ ਕਵੋ ਵੀ ਜਨਾਦਾ ਚਾਹ ਪੀ ਰਿਹਾ ਤੇ ਜਲਦੀ ਪਹੁੰਚ ਜਾਣ ਯਾਰ ਨਹੀਂ ਜਾਂਦੇ ਕਿਤੇ ਯਾਰ ਉਸਤਾਦ ਹੁਰੀ ਨਹੀਂ ਜਾਂਦੇ ਮੈਂ ਬੈਠਾ ਨਹੀਂ ਇੱਥੇ ਯਾਰ ਉਹ ਜਾਣ ਵਾਲਿਆਂ ਨੂੰ ਕੋਈ ਯਾਰ ਮੁੰਡਾ ਯਾਰ ਪੈਸਾ ਆਪਣੇ ਉਸਤਾਦ ਲਾਉਣਾ ਨਹੀਂ ਫਿਰ ਪੈਸਾ ਯਾਰ ਉਸਤਾਦ ਦਾ ਆਪਣੇ ਉਸਤਾਦ ਤੇ ਖੁੱਲੇ ਹੀ ਲਾ ਖੁੱਲੇ ਪੈਸੇ ਲਾਉਣੇ ਆ 100 ਦੀ ਪਾਣ ਲਈ ਆ ਖੁੱਲੇ ਪੈਸੇ ਲਾ ਰਿਹਾ ਯਾਰ ਪੈਸੇ ਲਾ ਲੇਗਾ ਯਾਰ ਕੁੱਲੀ ਤੇ ਕੱਖ ਨਾ ਰਵੇ ਹੋਰ ਦੱਸ ਤੂੰ ਇੱਕ ਫਲਕ ਆ ਸੌਖਾ ਇਲਾਜ ਦੱਸ ਦਿੰਦਾ ਮੰਜੀ ਲੈਣੀ ਆ ਤੁਸੀਂ ਲੱਕੜ ਦੀ ਬਗੈਰ ਵਾਣ ਤੋਂ ਮੈਂ ਫੱਟਾ ਮੰਗਾਇਆ ਵਾ ਕਿ ਬਰਫ਼ ਲਾਉਣੀ ਉਸਤਾਦ ਹੋਣਾ ਨੇ ਉੱਤੇ ਆ ਲੈ ਇਹ ਕੈਸਾ ਮੰਗਾਇਆ ਥੱਲੇ ਤੁਹਾਡਾ ਲੱਗ ਵੇਣਾ ਕਰਨਾ ਨਾ ਦਿਨ ਤੇ ਸਮਝ ਲੋ ਚੁੱਕ ਗਈ ਪੈਸੇ ਕੀ ਲੱਗਣੇ ਮੁੜ ਕੇ ਲੱਗਣੇ ਜਦੋਂ ਦਿਨ ਦੀ ਆਵਾਜ਼ ਆਉਣੀ ਹੈ ਤੇ ਫਿਰ ਮੁੜ ਕੇ ਤੁਸੀਂ ਕਹਿਣਾ ਵੀ ਚੁੱਕ ਚੁੱਕੀ ਗਈ ਸੱਜਣਾ ਬਸ ਤਿੰਨ ਦਫਾ ਕਹਿਣਾ ਚੁੱਕ ਚੁੱਕੀ ਗਈ ਸੱਜਣਾ ਚੁੱਕ ਚੁੱਕ ਕਰ ਦੜ ਵੱਟ ਜਾ ਹੁਣ ਇਹ ਇਲਾਜ ਠੀਕ ਆ ਜੀ ਕਿ ਤਾਂ ਜੀ ਤੁਹਾਡਾ ਦਿਲ ਲਾਵਾਂ ਮੈਂ ਲੱਤਾਂ ਦੀ ਆਵਾਜ਼ ਸੁਣਾਵਾਂ ਤੁਹਾਨੂੰ ਲੱਤਾਂ ਦੀ ਹਾਂਜੀ ਸੁਣਾ ਮੈਡਮ ਲੱਤਾਂ ਕਿਹਾ ਕਰ ਲੱਤਾਂ ਦੀ ਲੱਤਾਂ ਦੀ ਆਵਾਜ਼ ਆਹੋ ਲੈ ਮਸ਼ਹੂਰ ਹੋਈ ਹੈ ਕਿੱਦਾਂ ਦਿਲ ਲੱਗਾ
ਹਾਂਜੀ ਤੁਸੀਂ ਕੋਈ ਇਲਾਜ ਦੱਸੋ ਜੀ। ਯਾਰ ਇਲਾਜ ਮੈਂ ਤੇ ਦੇਖਣਾ ਜੈਨੂਇਨ ਤਰੀਕੇ ਨਾਲ ਕੁੱਟਣ ਡਿਆ, ਮੈਂ ਤੇ ਦਵਾ ਹੀ ਕਰ ਸਕਦਾ। ਆ ਨੈਸ਼ ਆ ਫੈਸਲ, ਇਹਨੂੰ ਕਾਹਲੀ ਪਈ ਆ ਵੀ ਜਿਹੜੀਆਂ ਚੀਜ਼ਾਂ ਉਸਤਾਦ ਦੀਆਂ ਹੈ ਨਾ ਮੈਂ ਲੈ ਜਾਵਾਂ ਫੌਤ ਹੋ ਜਾਣ ਕਿਤੇ। ਹਾਲਾਂਕਿ ਇਹਦੇ ਖੁੱਲੀਆਂ ਵਾ ਸਰ। ਅੱਛਾ ਸਰ ਜੀ ਇੱਕ ਗੱਲ ਦੱਸੋ, ਇਹ ਜਿਹੜੀ ਚੁੱਕ ਹੁੰਦੀ ਆ ਇਹ ਜਿਗਰ ਦੇ ਕੋਲ? ਉਸਤਾਦ ਜੀ ਹੈਲੋ ਯਾਰ, ਕੀ ਹੋ ਗਿਆ ਤੁਹਾਨੂੰ? ਕਾਹਲੀ ਪੈ ਗਈ। ਸੁਣਿਆ ਸੀਗਾ ਕਿ ਇੰਜਨ ਪੰਪ ਕਰੀਦਾ, ਗੈਸੀ ਪੰਪ। ਸਿਰਫ ਚੋਕਾ ਉਸਤਾਦੀ, ਤੁਹਾਡੀ ਲੱਤ ਟੁੱਟ ਜਾਂਦੀ ਤੁਹਾਨੂੰ ਚੁੱਕ ਨਾ ਪੈਂਦੀ, ਤੁਹਾਡਾ ਸਿਰ ਪਾੜ ਜਾਂਦਾ ਤੁਹਾਨੂੰ ਚੁੱਕ ਨਾ ਪੈਂਦੀ, ਹੱਥ ਲੱਤ ਜਾਂਦਾ ਤੁਹਾਨੂੰ ਚੁੱਕ ਨਾ ਪੈਂਦੀ, ਉਸਤਾਦੀ ਤੁਹਾਡਾ ਬੇੜਾ ਗਰਕ ਹੋ ਜਾਂਦਾ ਤੁਹਾਨੂੰ ਚੁੱਕ ਨਾ ਪੈਂਦੀ, ਗਲੀ ਚ ਕੁੱਤਾ ਚੁੱਕ ਨਾ ਮਰਿਆ ਉਸਤਾਦੀ। ਉਸਤਾਦੀ ਯਾਰ ਤੁਸੀਂ ਦੋਵੇਂ ਨਾ ਉਪਰੇ ਜਾ ਕੇ ਅਫਸੋਸ ਕਰੋ। ਕਿਉਂ ਉਸਤਾਦ ਗਿਆ ਪਿਛਲੇ ਦੋ ਘੰਟੇ ਤੋਂ ਏਦਾਂ ਹੀ ਕਹੀ ਜਾ ਰਿਹਾ ਉਸਤਾਦ ਗਿਆ ਹੀ ਉਸਤਾਦ ਤੂੰ ਕਹਿਤਾ ਨਾ ਉਸਤਾਦ ਦਾ ਇਰਾਦਾ ਨਹੀਂ ਗਾ ਵੀ ਤੇ ਬਣ ਜਾਣਾ ਵਾ। ਜੇ ਮੈਂ ਜਾਣਦੀ ਉਸਤਾਦ ਨੂੰ ਚੁੱਕ ਪੈਣੀ ਤੇ ਇੱਕ ਦੀ ਧਾਂ ਤੋਂ ਸੱਟਾਂ ਲੱਗਦੀਆਂ। ਉਸਤਾਦ ਜੀ ਬੇਟਾ ਤੇਰੀ ਹਲੇ ਕਮੀ ਸੀ, ਉਸਤਾਦ ਜੀ ਤੁਹਾਨੂੰ ਚੁੱਕ ਪੈ ਗਈ, ਅਸੀਂ ਤੇ ਚਾਰ ਜਾਣੇ ਚੁੱਕਣ ਨੂੰ ਫਿਰਨ ਦੇ ਸੀ। ਪੈਂਟ ਮੈਂ ਲੈਣੀ, ਸ਼ਲਟਾ ਤੂੰ ਲੈ ਲਈ। ਹਾਂਜੀ ਕੋਈ ਏਡੀ ਬਿਮਾਰੀ ਨੀ ਹੈਗੀ ਚੁੱਕ, ਐਵੀਂ ਪਰੇਸ਼ਾਨ ਨੀ ਹੋਣਾ। ਕਿਉਂ ਨੀ ਜੀ, 60,000 ਮੰਗਣ ਡੇ ਕਬਰ ਵਾਲਾ ਤੇ ਫਿਰ ਨੁੱਕਰ ਵਾਲੀ ਲਈ। ਕਿਉਂ ਦੋ ਦੁਕਾਨਾਂ ਕੱਢ ਲਾਂਗੇ ਯਾਰ, 60,000 ਦੀ ਟੈਨਸ਼ਨ ਨੀ ਹੈਗੀ। ਹਾਂ ਲੇਕਿਨ ਵਾਇਰਿੰਗ ਅੰਡਰਗਰਾਊਂਡ ਹੋਣੀ ਚਾਹੀਦੀ ਆ, ਇੱਕ ਬ੍ਰੇਕਰ ਵੀ ਲੱਗਣਾ ਚਾਹੀਦਾ ਵਿੱਚ ਸੱਜੀ ਸਾਈਡ ਤੇ। ਪੈਸਾ ਯਾਰ ਬਹੁਤ ਆ, ਪੈਸੇ ਦੀ ਟੈਨਸ਼ਨ ਨਹੀਂ ਹੈਗੀ। ਉਸਤਾਦ ਜੀ ਪੈਸੇ ਚੁੱਕ ਪਈ ਕਿਸ ਤਰ੍ਹਾਂ ਤੁਹਾਨੂੰ? ਇਹ ਵੀ ਆਪੇ ਹਿਸਾਬ ਲਾ ਲਓ, 6 ਬੰਦੇ ਆਏ ਨੇ। ਹਾਂਜੀ ਹਾਂਜੀ, ਕੋਈ ਇੱਕ ਬੰਦਾ ਬੇਰ ਵੀ ਨਹੀਂ ਲੈ ਕੇ ਆਇਆ, ਇਕੱਲਾ ਬੇਰ। ਬੇਰੀ ਦੇ ਪੱਤੇ ਪੈਣੇ ਨੇ ਪਾਣੀ 'ਚ। ਮੈਂ ਲਿਆਇਆ ਵਾ ਨਾ, ਕੀ ਮੈਂ 9 ਅਹਿਦਨਾਮੇ ਲੈ ਗਿਆ ਪੜ ਕੇ। ਉਸਤਾਦੀ ਬੰਦੇ 6 ਹੋਏ ਆ, ਕੋਈ ਬੇਰ ਨਹੀਂ ਲੈ ਗਿਆ, ਲੇਕਿਨ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਸੂਰਜ ਸੰਘਾੜੇ ਲੈ ਕੇ ਆਇਆ। ਭਾਜੀ ਚੁੱਕ ਦੀ ਗੱਲ ਆ, ਜੋ ਮੈਨੂੰ ਸਿਰਫ ਚੁੱਕ ਪਈ ਹੈ, ਇਹਦਾ ਕੋਈ ਤੁਹਾਡੇ ਕੋਲ ਇਲਾਜ ਹੈਗਾ ਤਾਂ ਠੀਕ ਆ, ਨਹੀਂ ਤੇ ਤੁਸੀਂ ਦਫਾ ਹੋ ਜਾਓ। ਇਲਾਜ ਹੈ ਜੀ, ਬੜਾ ਸੌਖਾ ਇਲਾਜ ਇਹਦਾ। ਦੱਸੋ ਤੁਸੀਂ ਨੀਲੇ ਰੰਗ ਦਾ ਕੱਛਾ ਪਾ ਕੇ ਨਾ ਸੂਰਜ ਵੱਲ ਨੂੰ ਮੂੰਹ ਕਰਕੇ ਤੇਰਾ ਸੂਰਜ ਜਿਹੜਾ ਨਾ ਉਹ ਤੁਹਾਨੂੰ ਪਤਾ ਨੀ ਉਹਦੀਆਂ ਕਿਰਨਾਂ ਕਿੰਨੇ ਫਾਇਦੇਮੰਦ ਆ ਉਹਦੀਆਂ। ਓਏ ਕਿਰਨਾਂ, ਅੱਛਾ ਤੂੰ ਮੇਰੀਆਂ ਨਜ਼ਰਾਂ ਚੋਂ ਕਿਰਨਾਂ ਹੁਣ। ਤਾਜੀ ਤੁਸੀਂ ਨਾ ਇੱਕ ਸੌਖਾ ਜਿਹਾ ਹੱਲ, ਅੱਛਾ ਲਓ ਜੀ ਸਾਜੀ ਪ੍ਰਾਹੁਣੇ ਹੋਰ ਆ ਗਏ ਪਤਾ ਲੈਣ ਵਾਲੇ। ਓਏ ਆ ਬਟ ਸਾਜੀ ਜੀ ਸਾਰੇ ਆ ਗਏ ਹੁਣ ਭਾਵਾਂ ਮਾਰ ਯਾਰ, ਬਸ ਯਾਰ ਬਸ ਓਏ ਯਾਰ ਛੱਡ ਦਿਓ ਗੱਲਾਂ ਹੁਣ, ਮੈਂ ਐਂਟਰਟੇਨ ਕਰਨਾ ਆ ਤਾਂ ਮੈਨੂੰ ਪਤਾ ਲੱਗਾ ਤੁਹਾਨੂੰ ਚੁੱਕ ਪਈ ਆ। ਬਟ ਮੈਨੂੰ ਥੋੜਾ ਹਸਾ ਨਾ, ਮੁੰਡੇ ਲੈ ਗਏ ਗੱਲ ਸੁਣੀ ਯਾਰ, ਮੁੰਡੇ ਕਾਲੀ ਯਾਰ ਮੈਨੂੰ ਹੁਣ ਹੱਸ ਲੈਣ ਦਿਓ ਯਾਰ। ਓਏ ਯਾਰ ਲੋ ਕੀ ਹੋ ਗਿਆ, ਮੈਂ ਹੱਸਣਾ? ਅੱਛਾ ਤੁਸੀਂ ਹੱਸੋ। ਆ ਭਾਈ ਨੇ ਕਾਰ ਲਾ ਲਈ ਨਵੀਂ ਕਾਰ, ਕਾਰ ਲਾ ਲਈ ਤੇ ਅੰਦਰ ਬਹਿਣ ਲੱਗਾ, ਜੁੱਤੀ ਬਾਹਰ ਹੀ ਲਾਤੀ। ਯਾਰ ਬਟ ਬਟ ਕਰ ਯਾਰ ਇਹਨੂੰ, ਓਏ ਜੁੱਤਾ ਮਾਰ। ਹਾਂ ਇਹ ਤੇ ਨਾ ਮੀਰਾ ਗੋਲ ਚੋਂ ਜੁੱਤੀ ਲੈਣ ਗਿਆ, ਉੱਥੇ ਜਾ ਕੇ ਭਾਈ ਨੂੰ ਕਹਿੰਦਾ ਕਿੰਨੇ ਜੋੜੇ, ਕਹਿੰਦਾ 500, ਕਹਿੰਦਾ ਬਾਹਰ ਰੱਖ ਫੇ ਬਾਂਦਰ ਕਿੱਲਾ ਖੇਲੀਏ। ਵਾਹ ਕਰੀਮ ਰੋਲ ਲੈ ਲਿਆ ਤੇ ਕਰੀਮ ਕੱਢ ਕੇ ਵਿੱਚ ਗੋਸ਼ਤ ਭਰਨ ਦਿਆ, ਮੈਂ ਕਿਹਾ ਕੀ ਕਹਿੰਦਾ ਸਖਤ ਸ਼ਵਾਰਮਾ। ਸਖਤ ਸ਼ਵਾਰਮਾ ਹੱਸੋ ਨਾ, ਤੁਸੀਂ ਤੇ ਚੁੱਕ ਪਵਾ ਦਿੱਤੀ ਆ, ਚੁੱਪ ਕਰੋ। ਬਟ ਹੋਰ ਜੁਗਤਾ ਕਰ ਰਹੇ ਨੇ ਇਹਨੂੰ।
ਬਾਰਿਸ਼ ਵਿੱਚ ਸਿਗਰਟ ਲਾਉਣ ਦਿਆ ਮਾਚਾ ਚਲਾਵੇ ਤੀਲੀ ਬੋਝੇ ਮਾਚਾ ਚਲਾਵੇ ਤੀਲੀ ਬੋਝੇ ਇੱਕ ਤੀਲੀ ਚਲਾਈ ਚੱਲ ਗਈ ਫੂਕ ਮਾਰ ਕਹਿੰਦਾ ਆਹ ਸਹੀ ਆ ਗਰਮੀਆਂ ਬੰਦਾ ਫੋਨ ਤੇ ਗਾਲਾਂ ਕੱਢੀ ਜਾ ਰਿਹਾ ਤੈਨੂੰ ਰੋਕ ਕੇ ਕਹਿੰਦਾ ਭਾਈ ਨੇ ਇੱਕ ਮਿੰਟ ਤੁਹਾਡਾ ਪੈ ਕੇ ਜਾ ਨਹੀਂ ਤੇ ਮੈਂ ਕਰਾਂ ਉਹਦੇ ਕੋਲ ਪੈਸਾ ਬੜਾ ਮੇਰੇ ਨਾਲ ਵਿਆਹ ਤੇ ਗਿਆ ਉਹ ਮੈਂ ਕਿਹਾ ਤੇਰੇ ਇੱਥੋਂ ਖੂਨ ਨਿਕਲਣ ਦਿਆ ਵਾ ਕਹਿੰਦਾ ਉਹ ਚੁੱਪ ਕਰ ਜਾ ਖੂਨ ਨਿਕਲ ਤਰੀ ਆ ਟੋਪੀ ਚੁੱਕ ਕੇ ਕਹਿੰਦਾ ਆਹ ਵੇਖ ਮੈਂ ਦੋ ਪੱਟ ਲਗੋਏ ਮੈਨੂੰ ਵਿਟਾਮਿਨ ਸ਼ੂਜ਼ ਦੀ ਕਮੀ ਕਹਿੰਦਾ ਮੈਂ ਨਾ ਹਰ ਫਨਕਾਰ ਦੀ ਨਕਲ ਲਾ ਲੈਂਦਾ ਵਾ ਸੋ ਕੇ ਕਿਉਂ ਏਦਾਂ ਸੌਂਦਾ ਇਹ ਦੋ ਪਾਗਲ ਭਰਾ ਛਾਤੇ ਸੁੱਤੇ ਤੇ ਮੀਂਹ ਪੈਣ ਲੱਗ ਪਿਆ ਕਹਿੰਦਾ ਉੱਠ ਬਦਲਾ ਜਮੋਰੀ ਹੋ ਗਈ ਉਧਰੋਂ ਬਿਜਲੀ ਲਿਸ਼ਕਣ ਲੱਗ ਪਈ ਉਹ ਕਹਿੰਦਾ ਸੌ ਜਾ ਮਰੇ ਵੈਲਡਿੰਗ ਵਾਲਾ ਵੀ ਆ ਗਿਆ ਨਾ ਪਹਿਲੇ ਮੰਗਦਾ ਹੁੰਦਾ ਸੀ ਹਰ ਘਰ 'ਚ ਨਾ ਅੱਧੀ ਰੋਟੀ ਉੱਤੇ ਸਾਲਣ ਅੱਧੀ ਰੋਟੀ ਉੱਤੇ ਸਾਲਣ ਇੱਕ ਘਰੋਂ ਨਾ ਪੂਰੀ ਰੋਟੀ ਉੱਤੇ ਸਾਲਣ ਆ ਗਿਆ ਤੇ ਖੜਾ ਜਾ ਨਹੀਂ ਰਿਹਾ ਉਹ ਕਹਿੰਦੇ ਜਾਣਾ ਨਹੀਂ ਕਹਿੰਦਾ ਬਕਾਇਆ ਤਾਂ ਨਹੀਂ ਲੈਣਾ ਇਹਨਾਂ ਨੂੰ ਤਾਂ ਹਜ਼ਾਰ ਹੀ ਨਹੀਂ ਹੈਗਾ ਲਾਸ਼ ਨੂੰ ਹਸਾਉਣ ਦੇ ਆ ਤੇ ਇੰਜ ਨਹੀਂ ਜਿਵੇਂ ਤੰਦੀ ਨਾਲ ਸੂਟ ਸੀਤਾ ਆਹ ਦੇਖੋ ਇੰਜ ਜਿਵੇਂ ਗਰੈਂਡਰ ਨਾਲ ਸੂਟ ਕੱਟਿਆ ਉਹਦੇ ਕੋਲ ਪੈਸੇ ਹੀ ਬੜਾ ਉਹਨਾਂ ਨੇ ਜੁਗਤ ਮਾਰਨੀ ਬਟ ਬੜਾ ਪਿਸਤੌਲ ਨਾਲ ਸੈਲਫੀ ਖਿੱਚੀ ਹੁੰਦੀ ਹੈ ਇੰਜ ਕਰਕੇ ਬਟ ਇਦਾਂ ਦੇ ਵਾਲ ਉਹ ਹੁੰਦੇ ਜਿਨ੍ਹਾਂ ਦਾ ਪੱਕਾ ਮਕਾਨ ਹੋਵੇ ਇਹ ਨਾ MBBS ਡਾਕਟਰ ਸੀਗਾ ਤੇ 350 ਫੀਸ ਰੱਖ ਲਈ ਇਹਨੇ ਤੇ ਮਰੀਜ਼ ਆਇਆ ਕਹਿੰਦਾ ਕਿੰਨੀ ਫੀਸ ਆ ਕਹਿੰਦਾ 350 ਤੇ ਮਰੀਜ਼ ਉੱਠ ਕੇ ਚੱਲਣਾ ਦਰਵਾਜ਼ੇ ਤੱਕ ਗਿਆ ਤੇ ਉਹਨੂੰ ਪਿੱਛੋਂ ਆਵਾਜ਼ਾਂ ਮਾਰਨ ਦਿਆ 300 ਦੇ ਦੀ ਆਇਆ ਵੀ ਜੁੱਤੀ ਦਿਖਾਣ ਪਈ ਹੈ ਮੇਰੇ ਦਰਦ ਹੁੰਦੀ ਹੈ ਤੇ ਅੱਛੀ ਜੁਗਤ ਤੇ ਨਾ ਮੈਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਦਰਦ ਖਿੱਚ ਰਿਹਾ ਬਾਹਰ ਨਿਕਲ ਰਹੀ ਹੈ ਹਾਂ ਤੁਸੀਂ ਇਸ ਤੋਂ ਪੈਂਟ ਕੋਟ ਪਾ ਕੇ ਨਾ ਪੈਂਟ ਕੋਟ ਸ਼ੂਜ਼ ਵਗੈਰਾ ਪਾ ਕੇ ਤੇ ਆਪਣੀ ਬੁੱਢੀ ਨੂੰ ਕਹਿੰਦੇ ਪਲੀਜ਼ ਜਾਣ 60 ਰੁਪਏ ਤੋਂ ਦੇਣਾ ਲੈਪਟੋਪ ਵਾਲਾ ਬੈਗ ਪਾ ਕੇ ਗਟਰ ਕੱਢਣ ਦਿਆ ਬਸ ਮੁੱਕ ਗਈ ਉਹਦੇ ਕੋਲ ਪੈਸਾ ਹੀ ਬੜਾ ਉਹ ਜਿੱਥੇ ਮਰਜ਼ੀ ਜੁਗਤ ਰੋਕ ਲਵੇ ਉਹਦੇ ਕੋਲ ਪੈਸਾ ਹੀ ਬੜਾ ਯਾਰ ਨੇ ਮੋਟਰਸਾਈਕਲ ਤੇ ਲਿਖਾਇਆ ਮਲੰਗਣੀ ਪੀਰਾਂ ਦੀ ਪੈਟਰੋਲ ਪਵਾਉਣ ਗਿਆ ਉਹਨਾਂ ਨੇ ਚਿਰਾਗਾਂ ਦਾ ਤੇਲ ਪਾ ਦਿੱਤਾ ਵਿੱਚ ਤੁਹਾਡੇ ਸੂਰਜ ਦਾ ਕੀ ਹਾਲ ਹੈ ਯਾਰ ਮੇਰਾ ਸੂਰਜ ਠੀਕ ਹੈ ਮੈਨੂੰ ਦੋਸਤ ਦੇਖ ਕੇ ਯਕੀਨ ਮੇਰਾ ਦਿਲ ਖੁਸ਼ ਹੋ ਗਿਆ ਬਾਈਪਾਸ ਤੇ ਇੱਦਾਂ ਦਾ 10 ਰੁਪਏ ਦਾ ਇੰਨਾ ਮਰੂੰਡਾ ਦੇ ਦਿੰਦੇ ਪੀਣ ਵੀ ਜਾ ਕੇ ਤੁੱਕਣ ਫੜੀ ਅੱਛਾ ਬਾਰਡਰ ਤੇ ਗਿਆ ਤੇ ਉੱਥੇ ਗੋਲਾ ਪਿਆ ਵਾ ਤੇ ਉੱਤੇ ਖੰਡ ਪਾ ਕੇ ਚੱਟੀ ਜਾਣ ਡਿਆ ਅੱਛਾ ਬਾਰਡਰ ਤੋਂ ਖਲ ਲੈਣ ਚਲਾ ਗਿਆ ਕਹਿੰਦਾ ਕੱਲ ਟੀਵੀ ਕਹਿੰਦੇ ਫੌਜ ਨੇ ਇੱਥੇ ਬਹੁਤ ਕੁਰਬਾਨੀ ਦਿੱਤੀ ਖਲ ਲੈਣ ਚਲਾ ਗਿਆ ਗੁੱਡ ਗੁੱਡ ਯਾਰ ਬਹੁਤ 20,000 ਰੁਪਇਆ ਨਾਮ ਦੇ ਬਾਅਦ ਫਿਰ ਲੰਮੇ ਪੈ ਸਾਡੀਆਂ ਰਹਿੰਦੀਆਂ ਮੇਰੀ ਜਹਾ ਬਹੁਤ ਸਾਜੀ ਹੈ ਬਹੁਤ ਅੱਛੀ ਗੱਲ ਸੀ ਨਾ ਕਹਿੰਦਾ ਬਾਰਡਰ ਤੇ ਚਲਾ ਗਿਆ ਖਲ ਲੈਣ ਚਲਾ ਗਿਆ ਉਹਨਾਂ ਨੇ ਕਿਹਾ ਜੀ ਇੱਥੇ ਫੌਜ ਨੇ ਬਹੁਤ ਕੁਰਬਾਨੀਆਂ ਦਿੱਤੀ ਮੈਂ ਤੇਰੇ ਛਤਰੇ ਦਿੱਤੇ ਇੱਥੇ ਯਾਰ ਵਾਹ ਸੂਰਜ ਕਾ ਵਾਹ ਸੂਰਜ ਕਾ ਤੂੰ ਤਾਂ ਬੜੀ ਅੱਛੀ ਗੱਲ ਬੜੇ ਮਾਹਿਰ ਚੁੱਕ ਲਓ ਜੀ ਆ ਬੋਰੇ ਤੇ ਨਾ ਕਾਗਜ਼ ਚੁੱਕਦਾ ਸੀ ਤੇ ਬੋਰੇ ਦੇ ਪਿੱਛੇ ਲਗਾਇਆ ਹਮਾਰੀ ਔਰ ਕੋਈ ਬ੍ਰਾਂਚ ਨਹੀਂ ਹੋਏ We'll be right back.
ਅੱਛਾ ਗੋਗੇ ਨੂੰ ਘਰੋਂ ਕਾਲ ਆ ਗਈ ਆ ਵੀ ਰਾਤ ਦੇ 11 ਵਜੇ ਤੇ ਬਿਜਲੀ ਲਿਸ਼ਕ ਰਹੀ, ਬਾਰਿਸ਼ ਹੋ ਰਹੀ ਤੇ ਬੱਚਿਆਂ ਦੀ ਕਾਲ, ਕਹਿੰਦੀ ਪਾਪਾ ਹਮੇ ਡਰ ਬਹੁਤ ਲੱਗ ਰਿਹਾ ਆਪ ਘਰ ਨਾ ਆਉਣਾ। ਗੋਗੇ ਦੇ ਘਰੋਂ ਅੱਗੇ ਫੋਨ ਆਉਣ ਦਿਆ ਸੀ, ਕਹਿੰਦੇ ਇੰਨਾ ਲੇਟ ਹੋ ਗਿਆ ਤੇਰਾ ਬਾਂਦਰ ਵੇਚ। ਗੋਗੇ ਦੇ ਘਰੋਂ ਫੋਨ ਆਉਣ ਦਿਆ ਭੈਣ, ਕੀ ਕਾ ਕਿਉਂ? ਝਾੜੂ ਵਾਲੇ ਕਮਰੇ ਦੀ ਚਾਬੀ ਲੈ ਆਇਆ। ਅੱਛਾ ਮੈਂ ਗੋਗੇ ਦੇ ਘਰ ਗਿਆ ਤੇ ਸਰਦੀ 9 ਦਾ ਟਾਈਮ, ਰਾਤ ਤੇ ਬੱਤੀ ਬੰਦ ਤੇ ਦੇਖ ਨਹੀਂ ਰਿਹਾ, ਹੱਥ ਨੂੰ ਹੱਥ ਨਹੀਂ ਦੇਖ ਰਿਹਾ ਤੇ ਮੈਂ ਅੱਗੇ ਐਂ ਨੌਕ ਕੀਤਾ, ਕਹਿੰਦੇ ਤੇ ਭਾਈ ਆਇਆ ਤੇ ਬੱਤੀ ਬੰਦ ਆ। ਮੈਂ ਕਿਹਾ ਭਾਈ ਗੋਗਾ ਕਿੱਥੇ? ਕਹਿੰਦੇ ਉਹ ਤਾਂ ਘਰ ਹੈ ਨਹੀਂ ਤੇ ਬੱਤੀ ਆ ਗਈ। ਮੈਂ ਕਿਹਾ ਜੀ ਹੁਣ ਦੇਖ ਲਓ। ਲਓ ਜੀ ਬਸ ਮੈਂ ਠੀਕ ਹੋ ਗਿਆ ਸਰ, ਬਹੁਤ ਸ਼ੁਕਰੀਆ ਤੁਹਾਡਾ ਸਾਰੇ ਮੇਰੇ ਯਾਰਾਂ ਦਾ, ਬਹੁਤ ਸ਼ੁਕਰੀਆ। ਜੱਫੀ ਪਾ ਲਓ, ਕਲੀਅਰ ਵੀ ਕਰਨਾ ਬਾਅਦ ਚੋਂ ਆਮ ਕਮੈਂਟਸ ਬਹੁਤ। ਤੈਨੂੰ ਤੇ ਬੇਟਾ ਮੈਂ ਦੱਸਾਂਗਾ ਨਾ, ਤੂੰ ਮੇਰਾ ਦੀ ਕਿਸਮ ਲਾਜ਼ਮੀ ਕਲੀਅਰ ਕਰਨਾ। ਮੈਂ ਤੇ ਗੋਗਾ ਪਹਿਲੇ ਸਬਜ਼ੀ ਵੇਚਦਾ ਸੀ, ਬਾਰਿਸ਼ ਦੇ ਵਿੱਚ ਸਬਜ਼ੀ ਵੇਚਦਾ, ਤਿਲਕ ਗਿਆ, ਕਹਿੰਦਾ ਆਲੂ ਲੈ, ਗੋਭੀ ਲੈ, ਟਿੰਡੇ ਲੈ, ਤਿਲਕ ਕੱਢ ਗਿਆ, ਕਹਿੰਦਾ ਆ ਲੈ। ਉਹ ਬਸ਼ੀਰ, ਉਹ ਮਸੀਤੇ ਮੰਜੀ ਦਾ ਮਨਾ ਕਰਦੇ, ਉਸਤਾਦ ਠੀਕ ਹੋ ਗਏ ਜੀ। ਓ ਸ਼ਿਟ, ਕਿ ਉਸਤਾਦ ਠੀਕ ਹੋ ਗਿਆ ਵਾ, ਮਸੀਤ ਵਾਲੀ ਮੰਜੀ ਤੇ ਬਿਸਤਰਾ ਕਰਦੇ। ਆਹੋ ਯਾਰ ਸਹੀ ਗੱਲ। ਹੈਲੋ ਹੈਲੋ, ਹਾਂ ਉਹ ਜਿਹੜਾ ਤੈਨੂੰ ਚਿੱਟਾ ਕੱਪੜਾ ਦਿੱਤਾ ਸੀ ਨਾ, ਉਹਦਾ ਕਾਲਰ ਲਾ ਕੇ ਦੋ ਜੇਬਾਂ ਵੀ ਲਾ ਦੀ। ਆਹੋ ਉਸਤਾਦ ਠੀਕ ਹੋ ਗਿਆ, ਉਸਤਾਦ ਠੀਕ ਹੋ ਗਿਆ। ਆਹੋ ਉਹ ਜਿਹੜਾ ਉਸਤਾਦ ਉਹਨਾਂ ਦਾ ਲੱਠੇ ਵਾਲਾ ਮੁਕਾਮ ਸੀ ਨਾ, ਉਹਦੇ ਸਿਰਹਾਣੇ ਬਣਾ ਲਓ ਯਾਰ। ਜਿਹੜੀ ਮੈਂ ਦੋ ਕਨਾਲ ਜਗ੍ਹਾ ਵੇਚੀ ਸੀ ਨਾ, ਉਹਦਾ ਬਿਆਨਾ ਵਾਪਸ ਲੈ ਲਓ, ਉਸਤਾਦ ਠੀਕ ਹੋ ਗਿਆ। ਬੇਟਾ ਤੂੰ ਦੋ ਕਨਾਲ ਨਹੀਂ ਸੀ ਵੇਚੀ, ਤੂੰ ਦੋ ਕਨਾਲ ਵੇਚੀ ਸੀ। ਵੈਸੇ ਆਹ ਤੁਹਾਡੀ ਜ਼ਿਆਦਤੀ ਆ। ਉਹ ਯਾਰ ਅਗਲਿਆਂ ਨੂੰ ਘਰ ਸੱਜ ਕੇ ਪਤਾ ਲੈਣ, ਆਪ ਠੀਕ ਹੋ ਜਾਓ। ਯਾਰ ਮੇਰੀ ਗੱਲ ਸੁਣ, ਤੇ ਜਦੋਂ ਤੂੰ ਮੇਰਾ ਸ਼ਗੀਰਦ ਹੋਣਾ ਸੀ, ਤੈਨੂੰ ਮੈਂ ਪਹਿਲੇ ਦੱਸਿਆ ਸੀ ਕਿ ਇਹ ਮੇਰੇ ਕੋਲ ਜਾਂਦੀ ਆ। ਤਾਂ ਜੀ ਉਹ ਸ਼ਹੀਦ ਨੂੰ ਫਾਇਰ ਮਾਰਨ, ਉਹਨੇ 60,000 ਰੁਪਈਆ ਮੰਗਿਆ ਸੀ ਕਬਰ ਕੁਸ਼ਾਈ ਦਾ, ਉਹਨੂੰ ਮੈਂ ਫਾਇਰ ਮਾਰਨਾ ਜੀ ਹੁਣ। ਮੇਰੇ ਉਸਤਾਦ ਅੱਲਾ ਜ਼ਿੰਦਗੀ ਕਰੇ, ਅੱਲਾ ਮੇਰੀ ਵੀ ਜ਼ਿੰਦਗੀ ਮੇਰੇ ਉਸਤਾਦ ਨੂੰ ਲਾ ਦੇਵੇ। ਆਮੀਨ, ਸਾਰੇ ਕਹੋ ਆਮੀਨ। ਆਮੀਨ ਆਮੀਨ ਕਿਹਾ। ਓ ਮਸੀਤ ਵਾਲੀ ਮੰਜੀ ਮਨਾ ਨਾ ਕਰੀ, ਉਹ ਜ਼ਿੰਦਗੀ ਉਸਤਾਦ ਨੂੰ ਲੱਗ ਗਈ, ਫੈਸਲ ਰਾਮਾ ਫੌਤ ਹੋਣ ਲੱਗਾ। ਸਾਰਾ ਕੁਛ ਬੇਟਾ ਕੈਂਸਲ ਹੋ ਗਿਆ, ਠੀਕ ਹੋ ਗਿਆ, ਹੁਣ ਤੁਸੀਂ ਸਾਰੇ ਲੰਡਾ ਹੀ ਪਾਓਗੇ।